ਗਰੇ ਹਨੀਤਾ ਕੀ ਕਰਨੇ ਜਿਸਮ ਹੱਟੇ ਤੇ ਕੱਟੇ ਉਹ ਕਾਮਯਾਬ ਨਹੀਂ ਹੁੰਦੇ ਉਹ ਪਰਪਲ ਲਾਉਂਦੇ ਰਹਿੰਦੇ ਰੱਟੇ ਕਾਗਜ਼ ਤੇ ਲਿਖ ਲਿਖ ਕੇ ਖੁਦ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਦਿਆਲਪੁਰੇ ਵਾਲਿਆ ਮਨ ਨੂੰ ਮਾਰਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਲੈ ਵੀ ਨੌਜਵਾਨਾਂ ਤਿਆਰੀ ਖਿੱਚ ਲੈ ਇਸ ਨੌਜਵਾਨ ਦੇ ਉੱਤੇ ਦੇਖ ਲੈ ਹਮਲਾ ਕਿਸ ਗੱਭਰੂ ਨੇ ਕਰ ਜਾਣਾ ਹੈ ਇੱਥੇ ਦਿਆਲਪੁਰੇ ਵਾਲੇ ਨੇ ਫੈਸਲਾ ਦਿੱਤਾ ਹੈ ਕਿ ਪੁੱਤ ਟੱਚ ਨਹੀਂ ਲੱਗਿਆ ਸ਼ੌਰ ਟੱਚ ਲਾ ਤੇ ਖੇਡ ਵਧੀਆ ਜੀ ਦਿਖਾ ਲਾਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਵਿੱਚ ਕਿ ਸਾਰੇ ਟੱਬਰ ਦੀ ਖੇਡ ਬਣੀ ਹੋਈ ਹੈ ਮੰਨਣਾ ਪੈਣਾ ਗਾਬਿਆ ਪੁੱਤਰਾ ਮੰਨਣਾ ਪੈਣਾ ਭਾਗਪੁਰ ਗਗੜੇ ਦੀ ਟੀਮ ਜੇਤੂ ਭਾਜੀ ਨੋਟ ਕਰ ਲਓ ਭਾਗਪੁਰ ਗਗੜੇ ਦੀ ਟੀਮ ਜੇਤੂ ਹੈ ਨੋਟ ਕਰੀਏ ਭਾਜੀ ਭਾਗਪੁਰ ਗਗੜੇ ਦੀ ਟੀਮ ਜੇਤੂ ਰਹੀ ਚੱਲਦੇ ਹੋਏ ਮੈਚ ਦੇ ਵਿੱਚ ਮੱਲੋ ਕੇ ਵਰਸੇ ਭਾਈ ਦੇਸ ਰਾਜ ਕਲਾ ਭਲੂਰ ਮਾਣੂ ਕੇ ਗਿੱਲ ਤੇ ਘੋਲੀਆ ਕਲਾ ਪੁਰਾਣੇ ਵਾਲਾ ਵਰਸੇ ਸੇਲਵਰਾ ਇਹ ਟੀਮਾਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਖਿੱਚ ਗਰਾਊਂਡ ਦੇ ਵੱਲ ਨੂੰ ਆ ਜਾਣ ਇਹਨਾਂ ਟੀਮਾਂ ਨੂੰ ਬਾਰ ਬਾਰ ਸੱਦਾ ਦਿੱਤਾ ਜਾ ਰਿਹਾ ਲਓ ਕਬੱਡੀ ਦੇ ਮੈਦਾਨ ਦੇ ਵਿੱਚ ਮਾਣੂ ਕੇ ਗਿੱਲ ਤੇ ਘੋਲੀਆ ਕਲਾ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਆਪਣੀ ਖਿੱਚ ਕੇ ਤਿਆਰੀ ਆ ਜਾਣ ਕਿ ਆ ਗਏ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿੱਦਾਂ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜ਼ੋਰ ਅੱਡੀ ਚੋਟੀ ਦਾ ਕਬੱਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜਾਏ ਇਸ਼ਕ ਕਬੱਡੀ ਦਾ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਤੇਜ ਸਿੰਘ ਜੀ ਫੌਜੀ ਸਾਹਿਬ ਉਹਨਾਂ ਦੇ ਵੀਰ ਬਹੁਤ ਵੱਡਾ ਮਾਣ 100 ਰੁਪਏ ਦਾ ਪੰਜਾਬੀ ਬਾਬੋਲਾ ਤੋਂ ਖੁਸ਼ ਹੋ ਕੇ ਭੇਜਦੇ ਹੈ ਕਹਿੰਦੇ ਸਾਡਾ ਵੀਰ ਆਪਾਂ ਦੇਖੀਏ ਆਪਣੇ ਮਿੱਤਰਾਂ ਦੇ ਨਾਲ ਨੈੱਟ ਦੇ ਉੱਤੇ ਜੁੜਿਆ ਹੋਇਆ ਕਬੱਡੀ 365 ਦੇ ਉੱਤੇ ਗੁਰਜੀਤ ਸਿੰਘ ਫੌਜੀ ਸਾਡਾ ਵੀਰ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਇਹ ਕਬੱਡੀ ਦਾ ਲੁਤਫ ਲੈ ਰਿਹਾ ਕਿਉਂਕਿ ਉਹਨਾਂ ਦੀ ਜਨਮ ਭੂਮੀ ਹੈ ਪਿੰਡ ਗਿੱਲ ਗੁਰਤੇਜ ਸਿੰਘ ਜੀ ਫੌਜੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਹੈ ਆ ਵੀ ਮਣੀ ਪਾ ਕਬੱਡੀ ਭਲੂਰ ਪਿੰਡ ਦੇ ਆਪਾਂ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਵਿੱਚ ਮਣੀ ਦੀ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਹੈ ਮਾਣੂ ਕੇ ਗਿੱਲ ਵਰਸੇ ਘੋਲੀਆ ਕਲਾਂ ਲਓ ਸਾਹਮਣੇ ਤੱਕੀਏ ਖੇਡ ਦੇ ਮੈਦਾਨ ਵਿੱਚ ਆਪਾਂ ਇਹਨਾਂ ਟੀਮਾਂ ਨੂੰ ਸੱਦਾ ਦੇ ਰਹੇ ਹਾਂ ਚੱਲ ਵੀ ਨੌਜਵਾਨਾਂ ਪਾ ਕਬੱਡੀ ਮੱਲੋ ਕੇ ਪਿੰਡ ਜਠੇਰਿਆਂ ਦੀ ਧਰਤੀ ਹੈ ਇੱਥੋਂ ਜੀਰੇ ਜਾਵਾਂਗੇ ਜੀਰੇ ਤੋਂ ਬਿਲਕੁਲ ਸਾਹਮਣੇ ਚੜ੍ਹਦੇ ਵਾਲੇ ਪਾਸੇ ਦੇਖਾਂਗੇ ਮੱਲੋ ਕੇ ਪਿੰਡ ਹੈ 4 ਕੁ ਕਿਲੋਮੀਟਰ ਦੀ ਦੂਰੀ ਦੇ ਉੱਤੇ ਵਸਿਆ ਹੋਇਆ ਪਿੰਡ ਹੈ ਲਓ ਸਾਹਮਣੇ ਦੇਖੋ ਯੰਦਰ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਹੈ ਜਰਨੈਲ ਸਾਹਿਬ ਪਿੱਛੇ ਭੱਜ ਨੌਜਵਾਨ ਦੇ ਕਿਉਂਕਿ ਮੈਚ ਬੜਾ ਤਕੜਾ ਹੈ ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਯੰਦਰ ਦੀ ਪਾਈ ਹੋਈ ਕਬੱਡੀ ਉੱਧਰ ਸਾਡਾ ਵੀਰ ਫੌਜੀ ਕਹਿੰਦੇ ਕੱਲੀ ਕੱਲੀ ਕਬੱਡੀ ਦਾ ਸਵਾਦ ਲਈ ਜਾਂਦਾ ਹੈ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕੌਡੀ ਦੇਖ ਕੇ ਜਦੋਂ ਕੋਈ ਧਾਵੀ ਪਾਉਂਦਾ ਰੇਡ ਮੱਥਾ ਟੇਕ ਕੇ ਫਿਰ ਲੱਗ ਜਾਂਦਾ ਸੋਹਣਾ ਜਿਹਾ ਜੱਫਾ ਤੇ ਪੰਜਾਬੀ ਪੈਂਦੇ ਨੱਚ ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਅੰਨੇ ਸੱਚ ਮਿੱਤਰੋ ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਅੰਨੇ ਸੱਚ ਮਿੱਤਰੋ ਰਮਨ ਢੁੱਡੀ ਪਿੰਡ ਵਾਲਾ ਚਿੰਮੇ ਦਾ ਪੇਂਡੂ ਖੇਡ ਦੇ ਮੈਦਾਨ ਵਿੱਚ ਹੈ ਬਹੁਤ ਸੋਹਣਾ ਪ੍ਰਦਰਸ਼ਨ ਕਰਦਾ ਹੋਇਆ ਆਓ ਸਾਹਮਣੇ ਗੁਰਵਕੀਲ ਸਿੰਘ ਆਓ ਸਾਹਮਣੇ ਸੁਲੱਖਣ ਸਿੰਘ ਦੇ 2 ਪੁੱਤ ਕਬੱਡੀ ਖੇਡਦੇ ਹੈ ਇੱਕ ਗਾਬਾ ਸਨੇਰਾ ਵਾਲਾ ਪਹਿਲਾਂ ਖੇਡ ਗਿਆ ਸਨੇਰਾ ਦੀ ਟੀਮ ਦੇ ਵਿੱਚ ਪਰ ਮੱਲੋ ਕੇ ਪਿੰਡ ਦੀ ਟੀਮ ਦੇ ਵਿੱਚ ਕਬੱਡੀ ਪਾਉਣ ਦੇ ਲਈ ਗੁਰਵਕੀਲ ਸਿੰਘ ਵਧਿਆ ਹੋਇਆ ਪਰ ਦੂਸਰੇ ਪਾਸੇ ਦੇਖ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਸੋਹਣਾ ਪ੍ਰਦਰਸ਼ਨ ਕਰਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਹਿੱਸੇ ਨੰਬਰ ਜੋੜਿਆ ਆਪ ਹੀ ਨੌਜਵਾਨਾਂ ਪਾ ਕਬੱਡੀ
ਬਹੁਤ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਪਾਂ ਸਾਹਮਣੇ ਦੇਖਾਂਗੇ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਹੈ ਕਿ ਧੱਕੇ ਦੇ ਕੇ ਚੜੀ ਜਵਾਨੀ ਸਾਰੇ ਧਾਵੀ ਡੱਕ ਤੇ ਉੱਡਣੇ ਸੱਪ ਕਹਾਉਂਦੇ ਜਿਹੜੇ ਅੱਜ ਸਭ ਮਸਲ ਕੇ ਰੱਖਦੇ ਕਿਉਂਕਿ ਦੁਨੀਆਂ ਦੇ ਵਿੱਚ ਕਬੱਡੀ ਖੇਡਣ ਦੇ ਲਈ ਦਿਲ ਚਾਹੀਦਾ ਸਿੱਕਾ ਜਮਾਉਣਾ ਪੈਂਦਾ ਲਓ ਦੇਖੀਏ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਓ ਸਾਹਮਣੇ ਤੱਕਾਂਗੇ ਕਿ ਜਿਹਨੂੰ ਸਾਈਕਲ ਨਹੀਂ ਸੀ ਨਸੀਬ ਹੁੰਦੇ ਉਹਨਾਂ ਦੇ ਤੂੰ ਦਿਨ ਫੇਰੇ ਤੈਨੂੰ ਖੇਡ ਕੇ ਕਬੱਡੀ ਨਹੀਂ ਦਿੰਦੇ ਦੇਖੇ ਮੈਂ ਬੁਲਟਾਂ ਤੇ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਉਹਨਾਂ ਦੇ ਲਵਾਟੇ ਤੂੰ ਕੈਨੇਡਾ ਦੇ ਟੂਰ ਨਹੀਂ ਕਬੱਡੀਏ ਸਦਕੇ ਮੈਂ ਜਾਵਾਂ ਤੇਰੇ ਕਈਆਂ ਘਰਾਂ ਦੀ ਗਰੀਬੀ ਕਰ ਦਿੱਤੀ ਦੂਰ ਨਹੀਂ ਕਬੱਡੀਏ ਸਦਕੇ ਮੈਂ ਜਾਵਾਂ ਤੇਰੇ ਕਈਆਂ ਘਰਾਂ ਦੀ ਗਰੀਬੀ ਕਰ ਦਿੱਤੀ ਦੂਰ ਨਹੀਂ ਕਬੱਡੀਏ ਵਾਕਿਆ ਕੱਖਾਂ ਦੀ ਖੇਡ ਹਜ਼ਾਰਾਂ ਚ ਪੁੱਜੀ ਹਜ਼ਾਰਾਂ ਚੋਂ ਲੱਖਾਂ ਚ ਪੁੱਜੀ ਲੱਖਾਂ ਚੋਂ ਕਰੋੜਾਂ ਦੇ ਵਿੱਚ ਪੁੱਜੀ ਹੈ ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਰਮਨ ਢੁੱਡੀ ਪਿੰਡ ਵਾਲਾ ਆਪਣੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਦੱਸ ਵੀ ਬਾਈ ਕਿਹੜੀ ਟੀਮ ਜੇਤੂ ਹੈ ਭਾਈ ਦੇਸ ਰਾਜ ਕਲੱਬ ਭਲੌਰ ਦੀ ਟੀਮ ਬਾਈ ਜੀ ਜੇਤੂ ਆ ਨੋਟ ਕਰੀਏ ਭਾਈ ਦੇਸ ਰਾਜ ਕਲੱਬ ਭਲੌਰ ਆਓ ਜੀ ਮਾਨੂ ਕੇ ਗਿੱਲ ਵਰਸੇ ਘੋਲੀਆ ਕਲਾ ਗੁਰਤੇਜ ਸਿੰਘ ਜੀ ਸਾਡੇ ਫੌਜੀ ਸਾਹਿਬ ਬਾਰ ਬਾਰ ਪੂਰੇ ਖੁਸ਼ ਹੈ ਕਹਿੰਦੇ ਬਾਈ ਪੂਰਾ ਸਵਾਦ ਆਈ ਜਾਂਦਾ ਹੈ ਬਾਬੇ ਦੀ ਕਿਰਪਾ ਹੈ ਗੁਰਤੇਜ ਸਿੰਘ ਜੀ ਫੌਜੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਹੈ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਆਉਣ ਜੀ ਮਾਨੂ ਕੇ ਗਿੱਲ ਵਰਸੇ ਘੋਲੀਆ ਕਲਾਂ ਉਧਰ ਸਾਡਾ ਵੀਰ ਬੋਲਾਂ ਦਾ ਜਾਦੂਗਰ ਲੱਖੀ ਲਹਿਰਾ ਮੁਹੱਬਤ ਵਾਲਾ ਵੀ ਸਾਡੇ ਨਾਲ ਨੇੜੇ ਤੇ ਜੁੜਿਆ ਹੋਇਆ ਕਹਿੰਦਾ ਬਾਈ ਪੂਰਾ ਸਵਾਦ ਆਈ ਜਾਂਦਾ ਹੈ ਪ੍ਰਬੰਧ ਬਹੁਤ ਵਧੀਆ ਹੈ ਮੇਲਾ ਕਮੇਟੀ ਦੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਆਓ ਖੇਡ ਦੇ ਮੈਦਾਨ ਦੇ ਵਿੱਚ ਨਰਵੈਰ ਸਿੰਘ ਜੀ ਬਰਾੜ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਇੱਧਰ ਸਾਡਾ ਬਾਈ 30 ਸਾਲਾਂ ਕਲੀ ਦੀ ਸੇਵਾ ਕਰਦਾ ਹੈ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ ਇਸ ਵੀਰ ਦਾ 20 ਸਾਲ ਤੋਂ 30 ਸਾਲਾਂ ਦੇ ਵਿੱਚ ਪੁੱਜਿਆ ਆ ਗਿਆ ਤੁਹਾਡਾ ਯਾਰ ਦਾ ਸੁਪਰ ਸਟਾਰ ਜਿਸ ਗੱਭਰੂ ਦੀ ਖੇਡ ਦੀ ਦੁਨੀਆ ਦੀਵਾਨੀ ਹੈ ਘੱਲ ਕਲਾਂ ਦੀ ਧਰਤੀ ਦਾ ਅੰਬੋ ਇੱਕ ਪਾਸੇ ਜੀਵਨ ਆਓ ਖੇਡ ਦੇ ਮੈਦਾਨ ਵਿੱਚ ਕਮਾਂਡੋ ਦੀ ਟੀਮ ਜਲਦੀ ਤੋਂ ਜਲਦੀ ਮੈਚ ਸ਼ੁਰੂ ਕਰ ਦੇਵੇ ਨਰਵੈਲ ਕਲੱਬ ਮੈਂਬਰ ਉਹਨੂੰ ਮੰਨ ਲਓ ਕਿਹਦੇ ਖਿਡਾਰੀ ਬਾਹਰ ਡਿੱਗਦੇ ਆ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆਦੀ ਜੀਵਨਾ ਜਿਸ ਨੌਜਵਾਨ ਨੇ ਕਬੱਡੀ ਪਾਉਣੀ ਹੈ ਖੇਡ ਦੇ ਮੈਦਾਨ ਦੇ ਵਿੱਚ ਮਾਨੂ ਕੇ ਗਿੱਲ ਲਹਿੰਦੇ ਵਾਲੇ ਪਾਸੇ ਹੈ ਘੋਲੀਆ ਕਲਾਂ ਚੜ੍ਹਦੇ ਵਾਲੇ ਪਾਸੇ ਹੈ ਆਓ ਦੇਖੀਏ ਸਾਹਮਣੇ ਖੇਡ ਦੇ ਮੈਦਾਨ ਵਿੱਚ ਬੇਅੰਤ ਸਿੰਘ ਦਾ ਪਿੰਡ ਰਾਊ ਕੇ ਕਲਾਂ ਹੈ ਲਓ ਕਹੇ ਕੋਈ ਭੀੜ ਰਾਊ ਤੇ ਕਹਿੰਦਾ ਪਹਿਲਾਂ ਅਮਰੀਕ ਬਹੁਤ ਤਕੜੀ ਕਬੱਡੀ ਜਾਲਪੁਰੇ ਵਾਲਾ ਖੇਡ ਗਿਆ ਆਓ ਸਾਹਮਣੇ ਦੇਖੀਏ ਉਸੇ ਪਿੰਡ ਦਾ ਨੌਜਵਾਨ ਅੱਜ ਮਾਨੂ ਕੇ ਗਿੱਲਾਂ ਦਾ ਪੁੱਤ ਬਣ ਕੇ ਖੇਡ ਰਿਹਾ ਪਰ ਦੂਸਰੇ ਪਾਸੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਪਹਿਲੀ ਪਾਈ ਹੋਈ ਕਬੱਡੀ ਦੇ ਉੱਤੇ ਪਹਿਲੀ ਪੇਸ਼ੀ ਯਾਰ ਛੁੱਟ ਜੇ ਲੱਡੂ ਬਣਦੀ ਕਚਹਿਰੀ ਵਿੱਚੋਂ ਆਵਾਂ ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਵਿੱਚ ਪਹਿਲਾ ਜੱਫਾ ਲੱਗਿਆ ਦਰਸ਼ਕਾਂ ਦੇ ਵਿੱਚ ਹੁੱਲੇ ਹਿਲਾਰੇ ਹੈ ਦਰਸ਼ਕਾਂ ਨੇ ਆਪ ਮੁਹਾਰੇ ਤਾੜੀਆਂ ਮਾਰ ਦਿੱਤੀਆਂ ਕਿਉਂਕਿ ਮੈਚ ਤਕੜਾ ਹੈ ਪੁਰਾਣੇ ਵਾਲਾ ਵਰਸੇ ਸੇਲ ਬੜਾ ਇਹ ਟੀਮਾਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਕਰ ਲੈਣ ਉਧਰ ਸਾਹਮਣੇ ਦੇਖੋ ਘੱਲਾਂ ਵਾਲਾ 2 ਨੰਬਰ ਤੇ ਖੜਾ ਆਪਾਂ ਦੇਖੀਏ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਤੇ ਮਾਰ ਮਾਰ ਤੌੜਾ ਕਿਹੜੇ ਕਰਦੇ ਨੇ ਅੱਗ ਪਈ ਉਹ ਸਾਹਮਣੇ ਦੇਖ ਲਓ ਘੱਲਾਂ ਵਾਲਾ ਖੜ ਗਿਆ ਬੂਰੇ ਹੋ ਕੇ ਨਹੀਂ ਰੀਸਾ ਇਹ ਆ ਘੱਲਾਂ ਵਾਲਾ ਘੱਲਾਂ ਵਾਲਿਆ ਤੇਰੀ ਖੇਡ ਦੇ ਲੋਕ ਦੀਵਾਨੇ ਹੈ ਉਹ ਸਾਹਮਣੇ ਜੀਵਨ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਉਹ ਸਾਹਮਣੇ ਉਹ ਖੇਡ ਦੇ ਮੈਦਾਨ ਦੇ ਵਿੱਚ ਕਿ ਸਪੀਡ ਵੀ ਫੁੱਲ ਤੇ ਟੱਚ ਵੀ ਸ਼ੋਰ ਕੈਨੇਡਾ ਤੇ ਇੰਡੀਆ ਚ ਵੱਖਰੀ ਜੀ ਟੌਰ ਪੈਰਾਂ ਥੱਲੇ ਯਾਰ
अग मचदी जीवन की कबड्डी है लोगों के दिलों नूं जचदी, जीवन की कबड्डी है लोगों के दिलों नूं जचदी। उधर सामने देखांगे सरावां वाला लखा भी पूरा तैयार है, कहिंदा अगली कबड्डी ते जीवना तेरे नाल दो हथ करने है। लो सामने देखो कमांडो घोलिए वाला खेड दे मैदान दे विच कबड्डी पाउण दे लई वधिया होया है। आओ सामने देखांगे खेड दे मैदान दे विच नौजवान दी पाई हुई कबड्डी है, अगे चार जाफी है विच गहरे चलां दे बब्बर छे नहीं रहिंदे कुजे कौन थल्ले थल्ले तूफाना नूं सागर विच नहीं पैंदे कुजे कौन थल्ले तूफाना नूं सागर विच नहीं पैंदे कुजे। लै भी नौजवाना हो मुंडे दे मूहरे कर ट्राई, तेरी ट्राई दूसरी होगी, जफा लगे ना लगे गल वखरी है। पर आ देखो बेंत सिंह नंबर लेके वापस मुड़दा होया लो सामने सिख सरदार कबड्डी का अगे चार जाफी, देखो सामने केड़ा नौजवान इस गभरू उत्ते ट्राई करेगा। ठीक है मसूरमे दा मुंह ते जख्म खाना कम शहरां दा उसलो गामना है। कादर यार खुदा नु याद रखिए जिन्हें अंत समय कमाना है, कादर यार खुदा नु याद रखिए जिन्हें अंत समय कमाना जी। लाओ सामने देखो जीवन पतला शरीर, लाओ सामने देखो बिल्कुल फुल वर्गा गबरो कबड्डी पर टच कथे लाऊगा। मैं भी नौजवाना लखिया तैयारी फरना तैयारी फरना। लाओ सामने देखो फड़िया गया गुट दूसरे पास तकनीक, आओ सामने बल्ले 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 गुट फड़ाया गुट फड़ाया गुट फड़ाया गुट फड़ाया गुट फड़ाया तेरे गुट ते लिखा सरनामा तू पढ़ेगा ते याद करेगा, तेरे गुट ते लिखा सरनामा पढ़ेगा ते याद करेगा। वाओ सोनिया की कुंजी लै गई है चबारियां वाली, बे खैर कितो पावा जोगिया चुंजी लै गई है चबारियां वाली। लाओ सामने कमांडो की कबड्डी है, चल भी नौजवाना पा कबड्डी सुखा सरपंच वीरू प्रधान साला वीर कहंदा है कल्ला वाला जिन्ने जफे लाउंदा। क्लब मैंबर नरवैले नूं बेनती है कि बाहर आके ओदे खिडारी वेट करी जांदे आ उहनूं मिल लैणा। क्लब मैंबर नरवैल मैं भी कल्ला वाला जिन्ने जफे उन्ने सौ सौ दे नोट तेरे लिए है सुखोरी साडे वीर। अदर वीरू भाई उन्हें कहंदे है भी कल्ला वाले दे सिर दवाने है कल्ला वाले दे फैन है। पर आ देखो सामने मुंडे दी खेड़ जग तो अवली जाफ एदी दी दुनिया चली, पाउंदा हथ करारे ते कल्ला वाले अंबू तो यारो डरदे रेडर सारे, कल्ला वाले अंबू तो डरदे रेडर सारे। लाओ सामने कबड्डी दा स्टार एक पासे देखो सामने खेड दे मैदान विच किथे किथे टच ला गया, सारे टब्बर ने बोलता भावा निकलला कहरा जट देख के। आ भी नौजवाना लबी भाई दस लो जी उस मैच दे विचों घोलीए कलां दी टीम जित गई आ जी, दोनों टीमों का बहुत बहुत धन्यवाद है। आओ जी अगले मैच दी टीम पुराने वाला बरसे सेल वाला नाल मैं बेनती करूंगा साडे भाई प्रबंधक वीरां नूं अगलियां टाइयां कढ़ के भाई तार जी जल्दी तो जल्दी आपां दसीए भी किहदा मैच किहदा पहला खेडिया जाणा। पहला मैच तूत वरसी फरगाड़े, तूत वरसी फरगाड़े दोनों टीमां तैयार रहन। गुरतेज सिंह जी फौजी साडे वीर बार बार फोन कर रहे ने कि पूरा सिरे का मैच खेडिया जा रहा। भी गुरमीसिया लै कन्नी खेड के मैदान एक पासे सेल बड़ा जिले बठिंडे का पिंड है जिथों के हैप्पी होना ने पहली कार्ड कढ़ी वैबसाइट कबड्डी 365 उन्हां दी एक पासे टीम खेडनी है। मेला कमेटी ने फैसला सवेर तो लिया होया, कहंदे ने भी कोई भी सज्जन है जिहदी बाई जी दारू पीती ग्राउंड दे विच ना आवे प्लीज बेनती है हथ बन के, क्योंकि जेकर आपां नशा वरत लिया ते गल वखरी तुहानूं खुशी है पर ग्राउंड दे विच मनाही है, क्योंकि ग्राउंड नूं आपां रब करके पूजदे। इसलिए किसी भी वीर ने चाहे वह अपना सज्जन है भावें क्लब का मैंबर है ये साडे प्रधान साहब कहंदे है भी अपना सारिया का पहला किया हुआ फैसला इन्हें आपां तोड़ना नहीं। वीर जी माणू के गल ते घोलीए कलां चों
ਰਿਜ਼ਲਟ ਮਾਨੂ ਤੇ ਗਿੱਲ ਘੋਲੀਏ ਕਲਾਂ ਦੇ ਵਿੱਚੋਂ ਘੋਲੀਏ ਕਲਾਂ ਦੀ ਟੀਮ ਜਿੱਤ ਰਹੀ ਹੈ ਜੀ। ਆਓ ਜੀ ਖੇਡ ਦੇ ਮੈਦਾਨ ਵਿੱਚ ਪੁਰਾਣੇ ਵਾਲਾ ਵਰਸੇ ਸੇਲਵਰਾਂ ਦਾ ਮੈਚ ਹੈ ਤੇ ਮੈਂ ਬੇਨਤੀ ਕਰੂੰ ਬਾਈ ਜੀ ਇਸ ਤੋਂ ਅਗਲੀਆਂ ਟਾਈਆਂ ਜਲਦੀ ਆਪਾਂ ਮੁਕੰਮਲ ਕਰ ਲਈਏ, ਜਲਦੀ ਮੁਕੰਮਲ ਕਰ ਲਈਏ ਖੇਡ ਦੇ ਮੈਦਾਨ ਦੇ ਵਿੱਚ। ਆਓ ਸਾਹਮਣੇ ਪਾਈ ਹੋਈ ਕਬੱਡੀ, ਇੱਕ ਪਾਸੇ ਮੁਚਾਕੀ ਦੀ ਧਰਤੀ ਦਾ ਬੱਬੂ ਹੈ, ਕੈਨੇਡਾ ਵੀ ਖੇਡਿਆ ਇੰਡੀਆ ਵੀ ਖੇਡਦਾ, ਲਓ ਜੱਜ ਦੀ ਪਾਈ ਹੋਈ ਕਬੱਡੀ ਹੈ। ਅੱਗੇ ਪੁਰਾਣੇ ਵਾਲੇ ਦੇ ਚਾਰ ਜਾਫੀ ਹੈ, ਲਓ ਸਾਹਮਣੇ ਦੇਖੋ ਗੁਰਮੀਤ ਸਿੰਘ ਰਾਜਵਾਨ ਪੁਰਾਣੇ ਵਾਲੇ ਦੀ ਧਰਤੀ ਦਾ ਲਓ ਖੇਡ ਦੇ ਮੈਦਾਨ ਦੇ ਵਿੱਚ ਟਰਾਈ ਕਰਦਾ ਹੋਇਆ, ਪਰ ਨੰਬਰ ਜੱਜ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਚੱਲ ਵੀ ਨੌਜਵਾਨ ਆਪਾਂ ਕਬੱਡੀ ਬਾਈ ਜੀ ਅਗਲਾ ਮੈਚ ਇੱਕ ਬੋਲ ਦਿਓ ਪਲੀਜ਼, ਬੇਨਤੀ ਹੈ। ਤੂੰ ਤਵਾਰ ਸਿੰਘ ਪਰਗਾੜੇ, ਉਸ ਤੋਂ ਬਾਅਦ ਭਾਂਗਰ ਵਾਸਤੇ ਕੋਟ ਕਰੋੜ, ਤੂਤ ਵਰਸੇ ਬਗਰਾੜੀ ਤੀਸਰੇ ਰਾਊਂਡ ਦਾ ਪਹਿਲਾ ਮੈਚ ਖੇਡਣ ਦੇ ਲਈ ਜਲਦੀ ਗਰਾਊਂਡ ਦੇ ਵਿੱਚ ਆ ਜਾਣਾ ਤੂਤ ਵਰਸੇ ਬਗਰਾੜੀ। ਕੱਲਾਂ ਦੇ ਅੰਬੂ ਦਾ ਤੇ ਮਾਣੂ ਤੇ ਪਿੰਡ ਦੇ ਜੀਵਨ ਦਾ ਵਿਸ਼ੇਸ਼ ਸਨਮਾਨ ਮੇਲਾ ਕਮੇਟੀ ਵੱਲੋਂ ਕੀਤਾ ਜਾਣਾ ਹੈ, ਪਲੀਜ਼ ਜਲਦੀ ਸਟੇਜ ਤੇ ਆ ਜਾਣਾ। ਕੱਲਾਂ ਦਾ ਵੀਰ ਸਾਡਾ ਅੰਬੂ ਤੇ ਨਾਲ ਜੀਵਨ, ਪਲੀਜ਼ ਸਾਡੇ ਪ੍ਰਧਾਨ ਸਾਹਿਬ ਜੀ ਮੇਲਾ ਕਮੇਟੀ ਨੂੰ ਅੱਗ ਮਿਲਣ, ਇਹਨਾਂ ਨੂੰ ਬੇਨਤੀ ਹੈ ਦੋਨਾਂ ਹੀ ਖਿਡਾਰੀਆਂ ਨੂੰ, ਕਿਉਂਕਿ ਜਿਹਨਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ। ਲਓ ਸਾਹਮਣੇ ਤੱਕੀ ਆਪਾਂ ਖੇਡ ਦੇ ਮੈਦਾਨ ਦੇ ਵਿੱਚ, ਮੈਚ ਆ ਵੀ ਵਧੀਆ, ਇੱਕ ਪਾਸੇ ਪੁਰਾਣੇ ਵਾਲਾ ਹੈ। ਮੈਂ ਬੇਨਤੀ ਕਰ ਦੇਵਾਂ ਅਗਲੇ ਤੀਸਰੇ ਰਾਊਂਡ ਦੀਆਂ ਟਾਈਆਂ ਸਾਡੇ ਪ੍ਰਬੰਧਕਾਂ ਨੇ ਮੁਕੰਮਲ ਕਰ ਦਿੱਤੀਆਂ। ਲਓ ਸਾਹਮਣੇ ਇਹ ਆ ਨਿੱਕਾ ਪੁਰਾਣੇ ਵਾਲੇ ਦੀ ਧਰਤੀ ਦਾ, ਦੁਨੀਆਂ ਦੇ ਸਟਾਰ ਖਿਡਾਰੀਆਂ ਨੂੰ ਥੰਮਣ ਵਾਲਾ, ਲਓ ਸਾਹਮਣੇ ਕੌਂਕਿਆਂ ਦਾ ਰਾਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਪਹਿਲਾ ਮੈਚ ਤੂਤ ਵਰਸੇ ਬਗਰਾੜੀ, ਦੂਸਰਾ ਮੈਚ ਭਾਂਗਰ ਵਰਸੇ ਕੋਟ ਕਰੋੜ, ਤੀਸਰਾ ਮੈਚ ਲੰਡੇ ਏ ਵਰਸੇ ਭਾਈ ਦੇਸ ਰਾਜ ਕਲੱਬ ਪਲੂਰ, ਚੌਥਾ ਮੈਚ ਡਗਰੂ ਵਰਸੇ ਸ਼ੇਖਾ ਕਲਾਂ, ਬਾਬਾ ਕਲੱਬ ਸ਼ੂਸ਼ਕ ਵਰਸੇ ਘੋਲੀਆ, ਭਾਗਪੁਰ ਗਗੜਾ ਵਰਸੇ ਥਾਂਦੇ ਵਾਲਾ, ਬਾਬਾ ਰੁਖੜਦਾਸ ਕਲੱਬ ਭਲੋਰ ਵਰਸੇ ਜੇਤੂ ਨੇ ਖੇਡਣਾ ਹੈ, ਕੋਰ ਸੁਖੀਆ ਤੇ ਖਾਰਾ ਹੈ, ਰੱਜੀ ਵਾਲੇ ਦੀ ਟੀਮ 22 ਦੇ ਵਿੱਚ ਹੈ। ਲਓ ਖੇਡ ਦੇ ਮੈਦਾਨ ਦੇ ਵਿੱਚ ਜੱਜ ਦੀ ਪਾਈ ਹੋਈ ਕਬੱਡੀ, ਨਾਲ ਮੇਰਾ ਵੀਰ ਸੁਖਰਾਜ ਰੋਡੇ, ਦੋਵੇਂ ਵੀਰ ਮਿਲ ਕੇ ਆਪ ਸਭ ਦੀ ਹਾਜ਼ਰੀ ਭਰ ਰਹੇ ਹਾਂ, ਧੰਨਵਾਦ ਕਰਾਂਗੇ। ਉਹ ਵੀ ਮੇਰਾ ਵੀਰ ਗਰਾਊਂਡ ਦੇ ਵਿੱਚ ਆਵੇਗਾ, ਸੁਖਰਾਜ ਸਾਡਾ ਵੀਰ। ਲਓ ਕੌਂਕਿਆਂ ਵਾਲਾ ਹਰਜੀਤ ਸਿੰਘ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਚਾਰ ਜਾਫੀ ਹੈ। ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਨੇ ਕੌਣ ਜਫਾ ਲਾਵੇਗਾ, ਇਹ ਤੇ ਗੱਲ ਸਮੇਂ ਦੀ ਹੋਣੀ ਹੈ। ਲਓ ਆਪਾਂ ਸਾਹਮਣੇ ਤੱਕਾਂਗੇ, ਖੇਡ ਦਾ ਮੈਦਾਨ ਹੋਵੇ ਸਾਣ ਜਿੰਨੀ ਜਾਨ ਹੋਵੇ, ਚੁੰਡੀ ਚੁੰਡੀ ਜਾਵੇ ਨਾ ਸਰੀਰ ਉੱਤੇ ਵੱਡੀ ਮਿੱਤਰੋ, ਫਿਰ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ। ਪੁਰਾਣੇ ਵਾਲੇ ਦੀ ਟੀਮ ਜੇਤੂ ਪ੍ਰੀਤਮ ਵੀ ਪੁੱਜ ਗਿਆ, ਧੰਨਵਾਦ ਕਰਦੇ ਹਾਂ, ਪੁਰਾਣੇ ਵਾਲੇ ਦੀ ਟੀਮ ਜੇਤੂ ਹੈ। ਇਹਨਾਂ ਦਾ ਮੈਚ ਭਾਈ ਰੱਖੜਦਾਸ ਕਲੱਬ ਭਲੋਰ ਦੇ ਨਾਲ ਖੇਡਿਆ ਜਾਣਾ ਹੈ, ਪੁਰਾਣੇ ਵਾਲਾ ਤਿਆਰੀ ਰੱਖੇ। ਸਾਡੇ ਕਲੱਬ ਦੇ ਮੈਂਬਰ ਪਿੰਦਰ, ਉਹਨਾਂ ਨੂੰ ਬੇਨਤੀ ਆ ਕਿ ਉਹਨਾਂ ਕੋਲ ਚਾਬੀ ਆ ਲੈਕਚਰ ਸਟੈਂਡ ਦੀ, ਆਓ ਜੀ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਕਬੱਡੀ ਦੇ ਮੈਦਾਨ ਦੇ ਵਿੱਚ। ਸੁਖਰਾਜ ਰੋਡੇ ਹਾਂਜੀ, ਤੋਤ ਵਾਰਸੇ ਬਰਗਾੜੇ, ਦੋਨਾਂ ਟੀਮਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਬਿਨਾਂ ਦੇਰੀ ਕੀਤੇ ਗਰਾਊਂਡ ਦੇ ਨੇੜੇ ਆ ਜਾਣ। ਵੀਰੇ ਤੁਹਾਡਾ ਮੈਚ ਆ, ਜਿੰਨੀ ਦੇਰੀ ਤੁਸੀਂ ਕਰੋਗੇ ਉਨੀ ਦੇਰੀ ਬਾਅਦ ਚ ਮੈਚ ਖਤਮ ਹੋਣ ਚ ਹੋਣੀ ਆ। ਸੋ ਵੀਰ ਮੇਰੇ ਉਹ ਜਿੰਨੇ ਵੀ ਖਿਡਾਰੀ ਆ ਫਿਰ ਨੋਟ ਕਰ ਲੈਣ ਸਾਰੇ, ਜਿੰਨੇ ਜਲਦੀ ਜਲਦੀ ਹੋ ਸਕਦੇ, ਜਿਵੇਂ ਜਿਵੇਂ ਤੁਹਾਡੇ ਇਨਾਮ ਅਨਾਊਂਸ ਹੁੰਦੇ ਆ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਹੀ ਗਰਾਊਂਡ ਵੱਲ ਨੂੰ ਵਧਿਆ ਕਰੋ। ਜਲਦ ਕਬੱਡੀ ਦੇ ਮੈਚ ਦੇ ਵਿੱਚ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਦੋਨਾਂ ਟੀਮਾਂ ਨੂੰ ਸੱਦਾ ਹੈ। ਤੂਤ ਵਰਸੇ ਬਗਰਾੜੀ ਦਾ ਮੈਚ ਖੇਡਿਆ ਜਾਣਾ ਹੈ, ਤੀਸਰੇ ਰਾਊਂਡ ਦਾ ਪਹਿਲਾ ਮੈਚ, ਦੋਨੋਂ ਟੀਮਾਂ ਦੇ ਲਈ ਸਿਰਫ ਇੱਕ ਮਿੰਟ ਦਾ ਸਮਾਂ ਹੈ। ਤੂਤ ਵਰਸੇ ਬਗਰਾੜੀ
ਮਾਨੂਕੇ ਪਿੰਡ ਦਾ ਜੀਵਨ ਕਲਕਲਾਂ ਦਾ ਅੰਬੋ ਬਾਰ ਬਾਰ ਮੇਲਾ ਕਮੇਟੀ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ। ਜਲਦੀ ਸਟੇਜ ਦੇ ਸਾਹਮਣੇ ਆ ਕੇ ਆਪਣੇ ਮਾਨ ਸਨਮਾਨ ਲੈ ਲੈਣ। ਇਹਨਾਂ ਵੀਰਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਆਪਣਾ ਮਾਨ ਸਨਮਾਨ ਲੈ ਲੈਣ। ਹੈਪੀ ਸਾਡਾ ਨੇੜੇ ਦੇ ਨਾਲ ਜੁੜਿਆ ਹੋਇਆ ਹੈ, ਆਓ ਆਪਾਂ ਉਹਨਾਂ ਦਾ ਧੰਨਵਾਦ ਕਰਾਂਗੇ। ਬੱਬੂ ਇਸ ਤੋਂ ਬਾਅਦ ਭਾਂਗਰ ਵਾਰਸੀ ਕੋਟ ਕਰੋੜ, ਇਹ ਵੀ ਵੀਰ ਮੇਰੇ ਬਿਨਾਂ ਦੇਰੀ ਕੀਤੇ ਗਰਾਊਂਡ ਵੱਲ ਨੂੰ ਆ ਜਾਓ। ਇਸ ਤੋਂ ਅਗਲਾ ਮੈਂ ਤੁਹਾਡਾ ਭਾਂਗਰ ਵਾਰਸੀ ਕੋਟ ਕਰੋੜ ਲੰਡੇ ਏ ਵਾਰਸੀ ਭਾਈ ਦੇਸ ਰਾਏ ਕਲੂਰ। ਦੇਖੋ ਸਾਡੇ ਵੀਰਾਂ ਨੇ ਬਾਰ ਬਾਰ ਟੀਮਾਂ ਨੂੰ ਅਨਾਊਂਸ ਕਰ ਦਿੱਤਾ ਹੈ। ਮੈਂ ਬੇਨਤੀ ਕਰਦੇ ਮਾਂ ਜਲਦੀ ਤੋਂ ਜਲਦੀ ਟੀਮਾਂ ਖੇਡ ਦੇ ਮੈਦਾਨ ਦੇ ਵੱਲ ਪੁੱਜ ਜਾਣ। ਪਹਿਲਾ ਮੈਚ ਤੋਤ ਵਰਸੇ ਬਗਰਾਣੀ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ। ਹੈਲੋ ਸਾਡੇ ਕਬੱਡੀ ਖਿਡਾਰੀ ਅੰਬੂ ਤੇ ਮਾਨੂਕੇ ਵਾਲਾ ਜੀਵਨ, ਉਹਨਾਂ ਨੂੰ ਵਾਰ ਵਾਰ ਬੇਨਤੀ ਕਰ ਰਹੇ ਹਾਂ। ਕਲੱਬ ਮੈਂਬਰ ਉਹਨਾਂ ਕਲੱਬ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਿਤ ਕਰਨਾ, ਕਿਰਪਾ ਕਰਕੇ ਸਟੇਜ ਦੇ ਨੇੜੇ ਪਹੁੰਚ ਜਾਣ। ਮਾਨੂਕੇ ਵਾਲਾ ਜੀਵਨ ਤੇ ਅੰਬੂ ਇਹ ਦੋਨੇ ਖਿਡਾਰੀ ਵੀਰ ਮੇਰੇ ਜਲਦੀ ਤੋਂ ਜਲਦੀ ਸਟੇਜ ਦੇ ਨੇੜੇ ਪਹੁੰਚ ਜਾਓ, ਤੁਹਾਡਾ ਮਾਣ ਸਨਮਾਨ ਕਰਨਾ ਕਲੱਬ ਵਾਲਿਆਂ ਨੇ। ਮਾਰੋ ਜੀ ਵਿਸਲ ਕਬੱਡੀ ਦੇ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋ ਜਾ ਰਿਹਾ। ਬਗਰਾੜੀ ਦੀ ਟੀਮ ਚੜ੍ਹਦੇ ਵਾਲੇ ਪਾਸੇ ਹੈ। ਬਹੁਤ ਧੰਨਵਾਦ ਦਰਸ਼ਕ ਵੀਰਾਂ ਦਾ, ਕਿਉਂਕਿ ਪੂਰਾ ਸਮਾਂ ਦੇ ਕੇ ਮੈਚ ਕਰਾਏ ਜਾ ਰਹੇ ਹੈ। ਦੇਖੋ ਬਾਬਾ ਜੀ ਦੀ ਕਿੰਨੀ ਕਿਰਪਾ, ਸੱਚੇ ਪਾਤਸ਼ਾਹ ਦੀ ਮਿਹਰ ਹੈ। ਲਓ ਸਾਹਮਣੇ ਤੂਤਾਂ ਦੀ ਟੀਮ ਦੇ ਚਾਰ ਜਾਫੀ, ਸਾਹਮਣੇ ਦੇਖੋ ਗੱਲੇ ਦੀ ਪਾਈ ਹੋਈ ਕਬੱਡੀ, ਪੂਰਾ ਝੁਕਿਆ ਨੌਜਵਾਨ, ਬਿਲਕੁਲ ਕਮਾਨ ਬਣਿਆ ਹੋਇਆ ਝੁਕਿਆ। ਕਿਉਂ ਨੀ ਕਿ ਮੁੰਡੇ ਨੇ ਈਨ ਮੰਨੀ ਹੈ, ਝੁਕਿਆ ਬਿੱਲਾ ਤਾਂ ਹੈ ਕਿਉਂਕਿ ਪ੍ਰਧਾਨ ਸਾਹਿਬ ਜੀ ਕਹਿੰਦਾ ਕੋਈ ਲੱਤੀ ਨਾ ਲੱਗ ਜਾਵੇ। ਲਓ ਦੇਖੋ ਸਾਹਮਣੇ ਖੇਡ ਦੇ ਮੈਦਾਨ ਵਿੱਚ ਹੈ, ਬਿੱਲੇ ਨੇ ਆਪਣੀ ਟੀਮ ਦੇ ਸੇ ਨੰਬਰ ਜੋੜ ਦਿੱਤਾ ਕਿ ਮਾਣ ਵਾਲੀ ਗੱਲ, ਅਸੀਂ ਜੰਮੇ ਹਾਂ ਪੰਜਾਬ ਵਿੱਚ, ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿੱਚ, ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ, ਸਾਡੇ ਘਰੋਂ ਚੱਲਦੇ ਨੇ ਘਰ ਸ਼ਾਹੂਕਾਰਾਂ ਦੇ, ਖੁੱਲੇ ਰੱਖੀ ਦੇ ਦਿਲਾਂ ਦੇ ਦਰਵਾਜ਼ੇ, ਸਾਡੀ ਰੀਸ ਕੌਣ ਕਰ ਲੋ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਸਾਡੀ ਰੀਸ ਕੌਣ ਕਰ ਲੋ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ। ਸਾਹਮਣੇ ਖੇਡ ਦੇ ਮੈਦਾਨ ਵਿੱਚ ਮਾਣ ਵਾਲੀ ਗੱਲ ਹੈ, ਖੇਡ ਦੇ ਮੈਦਾਨ ਵਿੱਚ ਭੋਲਾ ਆਪਣੀ ਟੀਮ ਦੇ ਸੇ ਬਹੁਤ ਸੋਹਣਾ ਨੰਬਰ ਜੋੜਦਾ ਹੋਇਆ, ਅਰਸ਼ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ। ਇੱਕ ਪਾਸੇ ਲੰਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਦੀ ਕਬੱਡੀ ਵਰਗਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਸ਼ੁਰੂ ਹੋ ਚੁੱਕਿਆ। ਲਓ ਗਿੰਦੀ ਤੂਤਾਂ ਦਾ, ਨਿੱਕਾ ਤੂਤਾਂ ਦਾ, ਸਾਹਮਣੇ ਦੇਖੋ ਖੇਡ ਦੇ ਮੈਦਾਨ ਵਿੱਚ ਜਫਾ ਆ ਬਿੱਲਾ ਪਾਊਗਾ, ਆਲੇ ਦਰਜੇ ਦਾ ਜਫਾ ਹੋਵੇਗਾ ਖੇਡ ਦੇ ਮੈਦਾਨ ਦੇ ਵਿੱਚ, ਕਿ ਜਦ ਵੀ ਸੋਚਾਂ ਦੇ ਵਿੱਚ ਪਈਏ ਨਿੱਤ ਅਰਦਾਸਾਂ ਕਰਦੇ ਰਹੀਏ। ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਦੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਦੇਖਣ ਨੂੰ। ਲਓ ਸਾਹਮਣੇ ਦੇਖੋ ਨੌਜਵਾਨ ਪਹਿਲਵਾਨ ਮੋਠਿਆਂ ਵਾਲ ਦੀ ਧਰਤੀ ਦਾ ਵੱਡੀ ਪਾ ਰਿਹਾ। ਆਓ ਸਾਹਮਣੇ ਦੇਖੋ ਚਾਰ ਜਾਫੀਆਂ ਦੇ ਵਿੱਚੋਂ ਇੱਕ ਕੰਨੀ ਤੋਂ ਬਗਰਾੜੀ ਪਿੰਡ ਦਾ ਬੂਟਾ, ਕਹਿੰਦੇ ਵੀ ਇਸ ਨੌਜਵਾਨ ਦੇ ਉੱਤੇ ਟਰਾਈ ਕੀਤੀ ਹੈ, ਪਰ ਮੋਠਿਆਂ ਵਾਲ ਪਿੰਡ ਦਾ ਨੌਜਵਾਨ ਸਿਰਕਟ ਜਾਫੀ ਆਪਣੀ ਟੀਮ ਦੇ ਲਈ, ਔਰ ਸਿਰਕਟ ਰੇਡਰ ਆਪਣੀ ਟੀਮ ਦੇ ਲਈ ਬਹੁਤ ਸੋਹਣਾ ਨੰਬਰ ਜੋੜਦਾ ਹੋਇਆ। ਲਓ ਸਾਹਮਣੇ ਦੇਖੋ ਖੇਡ ਦੇ ਮੈਦਾਨ ਵਿੱਚ ਇੱਕ ਪਾਸੇ ਬਿੱਲਾ, ਪਰ ਦੂਸਰੇ ਪਾਸੇ ਇਹ ਹੈ ਗਿੰਦੋ ਨੌਜਵਾਨ, ਪਰ ਬਿੱਲਾ ਬਹੁਤ ਸਪੀਡੀ ਖਿਡਾਰੀ ਹੈ, ਬੜਾ ਹੌਸਲੇ ਵਾਲਾ ਹੈ, ਬੜੇ ਤਜਰਬੇ ਵਾਲਾ ਖਿਡਾਰੀ ਹੈ। ਆਓ ਦੇਖੋ ਸਾਹਮਣੇ ਭੋਲਾ ਸਮੁੰਦਰ ਜਿਹਾ ਕੱਦ ਹੈ ਕਿ ਗੋਲ ਜਿਹਾ ਹੈ ਸਰੀਰ ਮੁੰਡੇ ਦਾ, ਤੇ ਮੁੰਡਾ ਬੜਾ ਫੁਰਤੀਲਾ ਹੈ ਵਿੱਚ ਮੈਦਾਨ ਦੇ ਇੰਜ ਮੇਲ ਦਾ, ਜਿੱਦਾਂ ਮੇਲਾ ਨਾਗ ਜਰੀਲਾ ਹੈ, ਜਿੱਦਾਂ ਮੇਲ ਦਾ ਨਾਗ ਜਰੀਲਾ ਹੈ, ਕਿ ਛੋਟਾ ਜਿਹਾ ਹੈ ਕੱਦ ਮੁੰਡੇ ਦਾ, ਮੁੰਡਾ ਬੜਾ ਫੁਰਤੀਲਾ ਹੈ, ਫੁਰਤੀਲੀ ਦੇ ਨਾਲ ਖੇਡ ਖੇਡਦਾ ਹੋਇਆ ਮੰਗੀ ਦੀ ਹਲਕਾ ਜਿਹਾ ਟੱਚ ਮਾਰ ਕੇ ਆਪਣੀ ਟੀਮ ਦੇ ਨੰਬਰ ਜੋੜਦਾ ਹੋਇਆ। ਅਰਸ਼ ਦੀ ਪਾਈ ਹੋਈ ਕਬੱਡੀ ਹੈ,
चार इजाफी है, देखो सामने खेड के मैदान है, कौन बद के ट्राई करेगा। नबी दोदे वाले हो जा तैयार नौजवाना, फट इस नौजवान कितों फट पाना है। आओ देखो सामने दोदे वाला जेड़ा उठता सतार ही उठता है, चाहे गल घोड़े की है। आओ सामने देखो एक पास लवली, पर आ देखो सामने नौजवान अर्श सूर घुड़ी वाला अपनी टीम के हिस्से नंबर जोड़ता हो। लो सामने देखो दर्शक वीरो, एक पासे पलवान मोठा वाली दी धरती दा, दूसरे पासे लग्या पिया जोर बना लिया मोर बदलती तोर वगदू पता नहीं रीसा भज्या आउंदा हरजी पासे नौजवान मंगी उठ पुत मुंडा फेर आऊगा। एडी केड़ी गल है, हर मसले का पुत्र अपने कोले हल है। लाओ देखो सामने कबड्डी खेड दे मैदान विच है, ये बिल्ला हथ पौदा नहीं ढिला, ये देखो खेड दे मैदान विच है सूर घुरी का बिल्ला श्री मुक्तसर साहब की धरती का। लाओ सामने नौजवान अगली कबड्डी पाउण दे लई बधिया होया है, चार जाफी। लाओ देखो कंत्या इस मुंडे दे उत्ते ट्राई करके देख लै नौजवाना, किते देखिए गिल्लां दी धरती दे उत्ते मखरी जी गल होवेगी। नौजवान दी पाई होई कबड्डी है, चार जाफी बाद चढ़ के कौन इस नौजवान दे उत्ते हमला करेगा। चार जाफियां दी घूमदी होई चैन, समा 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 बीतदा जा रहा है नंबर तूतां दा। मैच समाप्त है, तूतां दी टीम जेतू भाजी नोट कर लो, तूतां दी टीम जेतू है। आओ जी भांगर ते कोट करोड़ अंबो घल कलां वाले नूं तकरीबन चार बेनतियां कर दित्तियां, माणू के पिंड का जीवन उन्होंने सन्मान चंद जिहड़े है साडे मेला कमेटी वाले हथ जवारी फिरदे है कि भाई जी जल्दी तो जल्दी आके अपने मान सन्मान लै लैण। इन्हां नूं बेनती है अंबू घल कलां जीवन माणू के गिल्लां वाला उधर साडे संदीप सीपा जी हांगकॉक दे विच है, बिक्की साडा वीर आपां उहदा विशेष तौर पर धन्नवाद करांगे। साडे बहुत सत्कार वीर विदेशों तो साडे नाल जुड़े हुए ने, उधर साडे फौजी साहब वह भी साडे नाल जुड़े हुए ने, गुरतेज सिंह जी अपने मित्रों के नाल कबड्डी के स्वाद ले रहे हैं। आपां धन्नवाद करांगे, लाबी भाई मार विसल ते करिए मैच शुरू। मार भी भाई विसल ते करिए मैच शुरू, एक पासे कोट करोड़ हेलो भाई ग्राउंड के पानी भेज दो, पानी मेहरबानी करके। ग्राउंड के पानी जोड़ा है वह साडे प्रबंधक वीर पूजदा करन जा रहे ने। कोट करोड़ की टीम आप सामने देखांगी, चढ़ते वाले पासे मेन रोड वाले पासे हो गई है, और दूसरे पासे देखो भांगर की टीम खेल के मैदान में देखांगे। पुत गभरू डटे मैदान अंदर, अज होणगे साना दे पेड़ लुको, जाफी टुट के पैणगे धावियां नूं जिवें पैंदे ने मिर्गां नूं शेर लुको, धावी वांग तूफान दे उड़ने ने एक बारी लंघे ना होणगे केर लुको, तक तक के परदे चोबरां नूं रत वधूगी शेर शेर लुको, खून वधूगा शेर शेर लुको। बाकी शेर शेर खून वधाउण वाली जेकर खेड है ते कबड्डी मां खेड कबड्डी है। लो सामने देखो खेड दे मैदान विच नौजवान अपनी टीम दे हिस्से नंबर जोड़दा होया। चमकौर सिंह जी कौरा उन्होंने वालों एक 100 रुपया तार दे लई पुजे है, आपां विशेष तौर पर धन्यवाद करांगे। नवी तारिया तेरे लिए एक 100 रुपया पुजे है, ये माया दे उत्ते लैके जाने है। उधर साडा वीर गुरप्रताप वह भी विशेष तौर पर पुजिया होया है डीसी दफ्तर के बतौर साडे वीर नौकरी कर रहे हैं, धन्यवाद करांगे। साडे कोहाले वाले सज्जन आओ सामने, सतनाम सिंह सोनी भी पाई हुई कबड्डी है। आओ सामने मुश्किल जिहा रंग नौजवान का
कबड्डी खेड के मैदान में छपाई हुई है कि टीवी अखबारों में ना बोलता एक पिंड नहीं थां थां बोलता किदा पुत किदा पोता केड़ा पिंड योध्या चंडिया है केड़े कोच महानदा पुत जिन्ना मामा दे कबड्डी खेड़दे कर दिंदे नाम उच्चा खानदान दा लो सामने बल्ले 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 खिच लै खिच लै खिच लै इहनू कहंदे आ कि हिक दे जोर नाल लै जाणा गल छड़नी नहीं नसीबां ते तैनू हिक दे जोर नाल लै जाणा हलो लखा सरावाला जिथे वास होंदा उन्हां नू केवल पानी वाली टैंकी कोले उड़ीक रहा वीर मेरा जिथे वास होंदा उन्हां नू आके मिल लवे अलमोर जगदीप मास्टर ने पूरे खुश है लाओ सामने इधर करमजीत सिंह तेरा भी धन्यवाद सगोरां दी सेवा कर रहे ने साडे शर्मा जी इधर कली इस वीर ने 20 साल तो तजर्बा रखिया देखो मान वाली गल है इस वीर दे लई जो बतौर सेवावां दे रहा है आपां धन्नवाद करिए इस वीर दा भी लाओ सामने पाई हुई कबड्डी पहला हैप्पी ने जफा लाया हुण देखो सामने ए बलकरण खेड दे मैदान विच पूरी तकड़ी कोशिश करदा होया लाओ सामने बल्ले बल्ले एक पासे कालू है दूसरे पासे बलकरण धक्के दे के चढ़ी जवानी सारे धावी डकते बल्ले 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 इनू कहंदे आ कबड्डी हिक वाले जोर अगे दुनिया ने आउंदी है आ देख हुण बाई रंग मेहनत लियाउंदी आ वाकई हिक दा जोर मुंडे ने लाया जोर दुन्ना दा बहुत ज्यादा लग गया क्योंकि ना ते ओ कौडी पाउण जोगा रहा है ते ना जफा लाउण वाला जफा लाउण जोगा रहा है क्योंकि जोर पूरा लग्या होया है जोर बशर्म है अपनी कहानी रच जांदा है लाओ सामने देखो खेड दे मैदान विच है नौजवान दी पाई हुई कबड्डी है चार जाफी है कौन हुण इस गभरू उत्ते हमला करेगा आपां समें दा इंतजार करांगे लाओ सामने पाई हुई कबड्डी सुखराज रोडे मेरा वीर अगले बोलां दे लई ग्राउंड विच पुजेगा सुखराज रोडे लाओ सामने पाई हुई कबड्डी हैप्पी ला नौजवाना हमला आओ देखी प्यार दे नाल बड़ा सोहना मैच दोनों टीमों के दरमियान खेडा जा रहा है नबी तारे एक 100 रुपया माया दे गफे आ तेरे आ माया फड़ लो नाल दी नाल भाई चमकौर उन्होंने वालों पुजे है आपां विशेष धन्नवाद करांगे हेलो लो सामने खेड के मैदान नौजवान भी पाई हुई कबड्डी है चार इजाफी आओ सामने तकांगे मुंडा भज्जिया आउंदा है आओ सामने मैच सोहना खेडिया जा रहा है आपां देखिए दोनों टीमों के दरमियान लो सामने अगली कबड्डी पवेगी आपां सामने देखांगे खेड दा मैदान है सोनी सतनाम सिंह इंग्लैंड भी खेडिया कनेडा भी खेडिया श्री आनंदपुर साहब की चैंपियनशिप के उत्ते नौजवान ने कबड्डिया पाके जिले फिरोजपुर की बल्ले बल्ले करवाने वाला आ खिलाड़ी है भावें कोई समा कबड्डी तो दूर रहा पर आ देखिए सामने नंबर बलकरने ने अपनी टीम के सिर जोड़ दिता हेलो हेलो अगले मैच दी टीमां नूं साडी बेनती है टीमां जल्दी दे नाल ग्राउंड दे विच आ जाण हांजी इहनां चों कहड़ी जेतू आ जी करमजीत सिंह जी दसीए केड़ी टीम जेतू आ भांगरां दी टीम जित गई भाजी नोट करो उत्थे ठीक है जी भांगरां दी टीम जेतू है